ਮੇਰਾ ਨਾਮ ਰਾਜਕੁਮਾਰ ਹੈ। ਰਾਜਕੁਮਾਰ ਜੀ, ਕੀ ਗੱਲ ਹੋਈ ਤੁਹਾਡੇ? ਇੱਦਾਂ ਜੀ, ਬੇਟਾ ਕੋਈ 3:15 ਆਇਆ ਸੀਗਾ, ਰਾਹੁਲ ਹੈ ਬੇਟਾ ਦਾ ਨਾਮ, ਅਤੇ ਇੱਥੇ ਆਇਆ ਸੀਗਾ ਬਾਹਰ। ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ, ਮੈਂ ਉਹਨੂੰ ਬਾਹਰੋਂ ਬਾਹਰ ਇੱਥੋਂ ਆਵਾਜ਼ ਮਾਰ ਕੇ ਕਹਿਤਾ ਸੀਗਾ, ਮੈਂ ਯਾਰ ਉਹ ਕੰਮ ਨਹੀਂ ਕਰਕੇ ਆਇਆ। ਮੈਨੂੰ ਉਹਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾ 'ਚ ਪਈ ਹੈ, ਉਹ ਲੈ ਕੇ ਆਇਆ। ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਉੱਥੇ ਬਾਹਰਲੇ ਮੁਲਕਾਂ 'ਚ, ਪੇਮੈਂਟ ਆਉਣੀ ਸੀ, ਕਿਸੇ ਨੂੰ ਦੇਣੀ ਵੀ ਸੀਗੀ। ਉਹ ਕਹਿੰਦਾ ਮੈਂ ਹੁਣੇ ਜਾਣਾ, ਐਕਟਿਵਾ ਬਾਹਰੋਂ ਬਾਹਰ ਲੈ ਕੇ ਨਾ ਉੱਥੇ ਚਲਾ ਗਿਆ, ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਹੈ, ਇੱਕ ਬੋਤਲਾਂ ਵਾਲੀ ਗਲੀ ਕਹਿੰਦੇ ਆ, ਅਤੇ ਉੱਥੇ ਐਕਟਿਵਾ ਲਾ ਕੇ ਆਪਣੀ ਅੰਦਰ ਚਲਾ ਗਿਆ ਸੀਗਾ ਉਹ ਗਲੀ ਦੇ। ਅਤੇ ਮੈਨੂੰ ਉਹਨੇ ਫਿਰ ਬਾਅਦ 'ਚ ਡਿੱਗੀ ਉਹਨੇ ਸੰਭਾਲੀ ਹੋਣੀ, ਮੈਨੂੰ ਫੋਨ ਆਇਆ ਉਹਦਾ, ਕਹਿੰਦੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ, ਅਤੇ ਇਹਦੇ 'ਚ ਤਾਂ ਕੁਛ ਹੈ ਹੀ ਨਹੀਂ। ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ, ਕਿਹਦੀ ਆ? ਤਾਂ ਕਿਸੇ ਨੂੰ ਕਰਨੀ ਸੀਗੀ, ਮੇਰੀ ਸੀਗੀ ਪੇਮੈਂਟ। ਅਤੇ ਫਿਰ ਜਾ ਕੇ ਸਾਡੇ ਤਾਂ ਘਬਰਾ ਕੇ ਵੀ ਲੈਣਗੇ ਪੈਸੇ, ਤੂੰ ਲੈ ਕੇ ਆਇਆ, ਸਾਨੂੰ ਦੱਸਿਆ ਨਹੀਂ ਵੀ ਕਿਵੇਂ ਹੋ ਕਿਵੇਂ ਗਿਆ। ਅਤੇ ਉੱਥੇ ਫਿਰ ਅਸੀਂ ਭੱਜ ਨੱਠ ਕਰਕੇ ਕੈਮਰੇ ਕੁਮਰੇ ਤਲਾਸ਼ੇ, ਉਹਦੇ 'ਚ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ। ਉੱਥੇ 5 ਲੱਖ ਰੁਪਏ ਬੈਂਕ 'ਚੋਂ ਕਢਾ ਕੇ ਲਿਆ ਸੀਗਾ? ਬੈਂਕ 'ਚੋਂ ਜੀ, ਛੋਟੀ 12 ਜਿਹੜੀ PNB ਬੈਂਕ ਬ੍ਰਾਂਚ ਹੈਗੀ, ਉੱਥੋਂ ਲੈ ਕੇ ਆਇਆ ਸੀਗਾ ਇਹ। ਜਿਹੜੇ ਫੋਟੋ 'ਚ ਆ ਰਿਹਾ ਵੀ ਇੱਕ ਬੰਦਾ ਜਿਹੜਾ ਉਹ ਲਿਫਾਫਾ ਲੈ ਕੇ ਜਾ ਰਿਹਾ, ਉਹੀ ਪੇਮੈਂਟ ਸੀ? ਬਿਲਕੁਲ ਉਹੀ ਪੇਮੈਂਟ ਸੀ ਜੀ। ਪੁਲਿਸ ਨੂੰ ਕੰਪਲੇਂਟ ਲਿਖਾਈ ਹੈ? ਲਿਖਾਤੀ ਜੀ ਕੰਪਲੇਂਟ। ਕੀ ਕਹਿੰਦੇ ਨੇ ਪੁਲਿਸ? ਪੁਲਿਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਜੀ, ਅਸੀਂ ਕਾਰਵਾਈ ਕਰ ਰਹੇ ਹਾਂ। ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ, ਕੈਮਰੇ ਉੱਥੇ ਦੇ ਜਿੰਨੇ ਵੀ ਰਸਤੇ 'ਚ ਹੈ ਉੱਥੇ ਦੇ ਬੈਂਕ ਦੇ, ਉਹ ਸਾਰੇ ਟੰਟੋਲ ਰਹੇ ਨੇ ਉੱਥੇ ਦੇ। ਉਹਦੇ ਆਧਾਰ 'ਤੇ ਸਾਨੂੰ ਵਿਸ਼ਵਾਸ ਦਵਾ ਰਹੇ ਹਾਂ ਵੀ ਕਾਰਵਾਈ ਕਰ ਰਹੇ ਹਾਂ। ਮੇਰਾ ਨਾਮ ਰਾਜਕੁਮਾਰ ਹੈ। ਰਾਜਕੁਮਾਰ ਜੀ, ਕੀ ਗੱਲ ਹੋਈ ਤੁਹਾਡੇ? ਇੱਦਾਂ ਜੀ, ਬੇਟਾ ਕੋਈ 3:15 ਆਇਆ ਸੀਗਾ, ਰਾਹੁਲ ਹੈ ਬੇਟਾ ਦਾ ਨਾਮ, ਅਤੇ ਇੱਥੇ ਆਇਆ ਸੀਗਾ ਬਾਹਰ। ਮੈਂ ਉਹਨੂੰ ਕੋਈ ਕੰਮ ਕਿਹਾ ਹੋਇਆ ਸੀਗਾ, ਮੈਂ ਉਹਨੂੰ ਬਾਹਰੋਂ ਬਾਹਰ ਇੱਥੋਂ ਆਵਾਜ਼ ਮਾਰ ਕੇ ਕਹਿਤਾ ਸੀਗਾ, ਮੈਂ ਯਾਰ ਉਹ ਕੰਮ ਨਹੀਂ ਕਰਕੇ ਆਇਆ। ਮੈਨੂੰ ਉਹਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾ 'ਚ ਪਈ ਹੈ, ਉਹ ਲੈ ਕੇ ਆਇਆ। ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਉੱਥੇ ਬਾਹਰਲੇ ਮੁਲਕਾਂ 'ਚ, ਪੇਮੈਂਟ ਆਉਣੀ ਸੀ, ਕਿਸੇ ਨੂੰ ਦੇਣੀ ਵੀ ਸੀਗੀ। ਉਹ ਕਹਿੰਦਾ ਮੈਂ ਹੁਣੇ ਜਾਣਾ, ਐਕਟਿਵਾ ਬਾਹਰੋਂ ਬਾਹਰ ਲੈ ਕੇ ਨਾ ਉੱਥੇ ਚਲਾ ਗਿਆ, ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਹੈ, ਇੱਕ ਬੋਤਲਾਂ ਵਾਲੀ ਗਲੀ ਕਹਿੰਦੇ ਆ, ਅਤੇ ਉੱਥੇ ਐਕਟਿਵਾ ਲਾ ਕੇ ਆਪਣੀ ਅੰਦਰ ਚਲਾ ਗਿਆ ਸੀਗਾ ਉਹ ਗਲੀ ਦੇ। ਅਤੇ ਮੈਨੂੰ ਉਹਨੇ ਫਿਰ ਬਾਅਦ 'ਚ ਡਿੱਗੀ ਉਹਨੇ ਸੰਭਾਲੀ ਹੋਣੀ, ਮੈਨੂੰ ਫੋਨ ਆਇਆ ਉਹਦਾ, ਕਹਿੰਦੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ, ਅਤੇ ਇਹਦੇ 'ਚ ਤਾਂ ਕੁਛ ਹੈ ਹੀ ਨਹੀਂ। ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ, ਕਿਹਦੀ ਆ? ਤਾਂ ਕਿਸੇ ਨੂੰ ਕਰਨੀ ਸੀਗੀ, ਮੇਰੀ ਸੀਗੀ ਪੇਮੈਂਟ। ਅਤੇ ਫਿਰ ਜਾ ਕੇ ਸਾਡੇ ਤਾਂ ਘਬਰਾ ਕੇ ਵੀ ਲੈਣਗੇ ਪੈਸੇ, ਤੂੰ ਲੈ ਕੇ ਆਇਆ, ਸਾਨੂੰ ਦੱਸਿਆ ਨਹੀਂ ਵੀ ਕਿਵੇਂ ਹੋ ਕਿਵੇਂ ਗਿਆ। ਅਤੇ ਉੱਥੇ ਫਿਰ ਅਸੀਂ ਭੱਜ ਨੱਠ ਕਰਕੇ ਕੈਮਰੇ ਕੁਮਰੇ ਤਲਾਸ਼ੇ, ਉਹਦੇ 'ਚ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ। 5 ਲੱਖ ਰੁਪਏ ਬੈਂਕ 'ਚੋਂ ਕਢਾ ਕੇ ਲਿਆ ਸੀਗਾ? ਬੈਂਕ 'ਚੋਂ ਜੀ, ਛੋਟੀ 12 ਜਿਹੜੀ PNB ਬੈਂਕ ਬ੍ਰਾਂਚ ਹੈਗੀ, ਉੱਥੋਂ ਲੈ ਕੇ ਆਇਆ ਸੀਗਾ ਇਹ। ਜਿਹੜੇ ਫੋਟੋ 'ਚ ਆ ਰਿਹਾ ਵੀ ਇੱਕ ਬੰਦਾ ਜਿਹੜਾ ਉਹ ਲਿਫਾਫਾ ਲੈ ਕੇ ਜਾ ਰਿਹਾ, ਉਹੀ ਪੇਮੈਂਟ ਸੀ? ਬਿਲਕੁਲ ਉਹੀ ਪੇਮੈਂਟ ਸੀ ਜੀ। ਪੁਲਿਸ ਨੂੰ ਕੰਪਲੇਂਟ ਲਿਖਾਈ ਹੈ? ਲਿਖਾਤੀ ਜੀ ਕੰਪਲੇਂਟ। ਕੀ ਕਹਿੰਦੇ ਨੇ ਪੁਲਿਸ? ਪੁਲਿਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਹਾਂ ਜੀ, ਅਸੀਂ ਕਾਰਵਾਈ ਕਰ ਰਹੇ ਹਾਂ। ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ, ਕੈਮਰੇ ਉੱਥੇ ਦੇ ਜਿੰਨੇ ਵੀ ਰਸਤੇ 'ਚ ਹੈ ਉੱਥੇ ਦੇ ਬੈਂਕ ਦੇ, ਉਹ ਸਾਰੇ ਟੰਟੋਲ ਰਹੇ ਨੇ ਉੱਥੇ ਦੇ।
ਉਹਦੇ ਆਧਾਰ 'ਤੇ ਸਾਨੂੰ ਵਿਸ਼ਵਾਸ ਦਵਾ ਰਹੇ ਹਾਂ ਵੀ ਕਾਰਵਾਈ ਕਰ ਰਹੇ ਹਾਂ।